ਕੀ ਕਾਰਨ ਆ ਕੀ? ਲੁਧਿਆਣੇ ਦੇ ਵਿੱਚ 24 ਅਗਸਤ ਨੂੰ ਇੱਕ ਬਹੁਤ ਵੱਡਾ ਰੋਹ ਮਾਰਚ ਕਰਨ ਜਾ ਰਹੇ ਹਾਂ। ਉਹ ਰੋਹ ਮਾਰਚ ਜਿਹੜਾ 15 ਸਤੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨਾ ਹੈ, ਉਹਦੇ ਲਈ ਕਰਨ ਜਾ ਰਹੇ ਹਾਂ। ਅਤੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ, ਸ਼ਹਿਰੀਆਂ ਨੂੰ, ਪੇਂਡੂਆਂ ਨੂੰ, ਕਿਉਂਕਿ ਮਸਲਾ ਕਿਸੇ ਧਰਮ ਜਾਂ ਮਜ੍ਹਬ ਦਾ ਨਹੀਂ ਆ, ਪਾਣੀ ਦੀ ਹਰ ਇੱਕ ਨੂੰ ਲੋੜ ਆ। ਅਮੀਰ ਵੀ, ਗਰੀਬ ਵੀ, ਸ਼ਹਿਰੀ, ਪੇਂਡੂ, ਹਿੰਦੂ, ਸਿੱਖ, ਮੁਸਲਮਾਨ, ਸਾਰੇ ਪਾਣੀ ਤੋਂ ਬਿਨਾਂ ਆਪਾਂ ਜਿਉਂਦੇ ਨਹੀਂ ਰਹਿ ਸਕਦੇ। ਜੇ ਇੱਥੇ ਜੀਵਨ ਧੜਕਦਾ ਤਾਂ ਪਾਣੀ ਕਰਕੇ ਹੀ ਧੜਕਦਾ। ਪਰ ਜੋ ਇਹਨਾਂ ਸਾਡੇ ਪਾਣੀਆਂ ਦੇ ਵਿੱਚ, ਦਰਿਆਵਾਂ ਦੇ ਵਿੱਚ, ਧਰਤੀ ਹੇਠਾਂ, ਪੱਤਣਾਂ ਦੇ ਵਿੱਚ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ, ਖਾਸ ਤੌਰ 'ਤੇ ਲੁਧਿਆਣੇ ਦੀਆਂ ਜਿਹੜੀਆਂ ਡਾਈਂਗਾਂ ਨੇ, ਫੈਕਟਰੀਆਂ ਨੇ, ਜਿਹੜੀਆਂ ਰੰਗਣ ਵਾਲੀਆਂ ਫੈਕਟਰੀਆਂ ਨੇ, ਉਹਨਾਂ ਰੰਗਣ ਵਾਲੀਆਂ, ਉਹ ਪਿਛਲੇ 30-35 ਸਾਲ ਤੋਂ ਸਾਨੂੰ ਜ਼ਹਿਰ ਦੇ ਕੇ ਮਾਰ ਰਹੀਆਂ ਨੇ। ਉਹਨਾਂ ਦੇ ਖਿਲਾਫ਼ ਲਗਾਤਾਰ ਕਈ ਵਾਰੀ ਪ੍ਰਦਰਸ਼ਨ ਹੋਏ। ਇਸ ਵੇਲੇ ਦੇ ਮੌਜੂਦਾ ਸਮੇਂ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ, ਸਪੀਕਰ ਸਾਹਿਬ ਕੁਲਤਾਰ ਸੰਧਵਾਂ ਜੀ ਜਾਂ ਹੋਰ ਇਹਨਾਂ ਦੇ MLA ਮੰਤਰੀ ਜਿਹੜੇ ਹੁਣ ਮੌਜੂਦਾ ਦੌਰ 'ਚ ਹੈਗੇ ਆ, ਉਹ ਵੀ ਸਾਡੇ ਨਾਲ ਉੱਥੇ ਆ ਕੇ ਖੜ ਕੇ ਤਸਵੀਰਾਂ ਖਿਚਵਾਉਂਦੇ ਰਹੇ, ਵੀਡੀਓ ਪਾਉਂਦੇ ਰਹੇ ਕਿ ਆਹ ਜਿਹੜੀਆਂ ਜ਼ਹਿਰਾਂ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ। ਪਰ ਅੱਜ ਉਹੀ ਲੋਕ, ਉਹੀ ਸਰਕਾਰ ਇਹਨਾਂ ਦੇ ਨਾਲ ਹੋ ਕੇ ਖੜ ਗਈ ਆ, ਜਦੋਂ ਕਿ ਇਹ ਬਹੁਤ ਗੰਭੀਰ ਮੁੱਦਾ। ਪੰਜਾਬ ਦੇ 3 MPs ਨੇ ਜਿਨ੍ਹਾਂ ਦੇ ਵਿੱਚ ਆਪਣਾ ਸਤਨਾਮ ਸਿੰਘ ਜੀ ਨੇ, ਚੰਨੀ ਨੇ, ਅਤੇ 1 MP ਹੋਰ ਨੇ, ਜਿਹੜੀ ਇਹ ਆਵਾਜ਼ ਬੁਲੰਦ ਕੀਤੀ ਹੈ ਕਿ ਬੁੱਢੇ ਦਰਿਆ ਦੇ ਵਿੱਚ ਜ਼ਹਿਰਾਂ ਪਾ ਕੇ, ਸਤਲੁਜ ਦਾ ਪਾਣੀ ਜਿਹੜਾ ਜ਼ਹਿਰ ਬਣਾ ਤਾ, ਕੈਮੀਕਲ ਪਾ ਕੇ, ਯੂਰੇਨੀਅਮ ਪਾ ਕੇ, ਅਤੇ ਪੰਜਾਬ ਨੂੰ ਮਾਰਿਆ ਜਾ ਰਿਹਾ। ਇਹ ਪਾਰਲੀਮੈਂਟ 'ਚ ਵੀ ਆਵਾਜ਼ ਗੂੰਜੀ ਆ, ਪਰ ਇਸ ਸਰਕਾਰ ਦੇ ਕੰਨ ਦੇ ਯੂਨੀਸਰਕ ਦੀ ਇੱਥੋਂ ਦੇ ਜਿਹੜੇ MLA ਨੇ, ਗੋਗੀ ਅਰਗੇ, ਬੱਗੇ ਅਰਗੇ, ਅਤੇ ਆਪਣਾ ਦੂਜਾ ਪੱਪੀ ਅਰਗੇ, ਸ਼ਰੇਆਮ ਉਹਨਾਂ ਡਾਈਂਗਾਂ ਦੇ ਹੱਕ 'ਚ ਭੁਗਤ ਰਹੇ ਨੇ। ਉਹਨਾਂ ਦੀਆਂ ਮੀਟਿੰਗਾਂ ਇੱਥੋਂ ਦੇ ਪ੍ਰਸ਼ਾਸਨ ਨਾਲ ਕਰਾ ਰਹੇ ਨੇ, ਕਹਿ ਰਹੇ ਨੇ ਕਿ ਇਹ ਤਾਂ ਜੀ ਬਹੁਤ ਚੰਗੇ ਬੰਦੇ ਨੇ। ਇੱਥੋਂ ਤੱਕ ਕਿ 1 MP ਜਿਹੜਾ ਲੁਧਿਆਣੇ ਦਾ ਰਾਜਾ ਬੜੈਂਗ, ਉਹ ਵੀ ਡਾਈਂਗਾਂ ਦੇ ਹੱਕ 'ਚ ਭੁਗਤਦਾ ਜਾ ਕੇ ਪਾਰਲੀਮੈਂਟ 'ਚ ਜਾ ਕੇ, ਕਿ ਸਾਨੂੰ ਡਾਈਂਗਾਂ ਵਾਲੇ, ਸਾਨੂੰ ਫੈਕਟਰੀਆਂ ਵਾਲੇ ਛੱਡ ਕੇ ਜਾ ਰਹੇ ਨੇ। ਸੋ ਸਾਨੂੰ ਇੱਕ ਪਾਸੇ ਸਾਲ ਸਾਲ ਦੇ ਸਾਡੇ ਬੱਚਿਆਂ ਨੂੰ ਕੈਂਸਰ ਹੋ ਰਿਹਾ, ਹੱਡੀਆਂ ਦੇ ਰੋਗ ਹੋ ਰਹੇ ਨੇ, ਕਿਡਨੀਆਂ ਉੱਡ ਰਹੀਆਂ ਨੇ, ਸਾਡੇ ਜਵਾਕ ਜਿਹੜੇ ਜੰਮਣ ਤੋਂ, ਪੈਦਾ ਹੋਣ ਤੋਂ ਅਸੀਂ ਖਾਤਮੇ ਵੱਲ ਵੱਧ ਰਹੇ ਹਾਂ, ਅਪਾਹਜ ਸਾਡੇ ਬੱਚੇ ਪੈਦਾ ਹੋ ਰਹੇ, ਸਾਡੀ ਧਰਤੀ ਨੂੰ ਕੈਂਸਰ ਹੋ ਗਿਆ, ਰੋਜ਼ ਹਸਪਤਾਲ ਭਰੇ ਪਏ ਆ ਇਹ ਜ਼ਹਿਰਾਂ ਕਰਕੇ। ਇਸ ਲਈ ਇਸ ਮਸਲੇ 'ਤੇ ਅਸੀਂ ਉੱਠੇ ਹਾਂ ਵੀ ਬਹੁਤ ਹੋ ਗਿਆ। ਅਸੀਂ ਵੀ 16-17 ਤੋਂ ਲੈ ਕੇ ਇੱਥੇ ਆ ਰਹੇ ਹਾਂ, ਬਹੁਤ ਅਸੀਂ ਵੀ ਇੱਥੇ ਬੋਲਿਆ ਵੀ ਇਹਨੂੰ ਬੰਦ ਕਰੋ, ਬੰਦ ਕਰੋ, ਪਰ ਹੁਣ ਐਨ ਆਖ ਕੇ ਅਸੀਂ ਇਹ ਕਦਮ ਚੱਕਿਆ ਵੀ ਅਸੀਂ 15 ਸਤੰਬਰ ਤੱਕ ਹਰ ਹਾਲ ਦੇ ਵਿੱਚ ਬੰਨ ਮਾਰਾਂਗੇ, ਅਤੇ ਇਹ ਜ਼ਹਿਰਾਂ ਹੁਣ ਹੋਰ ਅਸੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੀਣ ਦੇਣੀਆਂ, ਨਹੀਂ ਮਰਨ ਦੇਣਾ। ਇਹ ਬਹੁਤ ਵੱਡਾ ਇੱਕ ਅੱਤਵਾਦ ਹੈ, ਇਸ ਅੱਤਵਾਦ ਨਾਲ ਸਾਡੀਆਂ ਨਸਲਾਂ ਨੂੰ ਖਤਮ ਕੀਤਾ ਜਾ ਰਿਹਾ। ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ? ਨਾ, ਕੋਈ ਇਹਨਾਂ ਦੇ ਸਿਹਤ 'ਤੇ ਅਸਰ ਨਹੀਂ। ਅਸੀਂ 18 ਜੂਨ ਤੋਂ ਤੁਰੇ ਹਾਂ ਐਲਾਨ ਕਰਕੇ, ਕਿੰਨਾ ਸਮਾਂ ਹੋ ਗਿਆ, ਪ੍ਰਸ਼ਾਸਨ ਦੇ ਕੋਈ ਸਿਹਤ 'ਤੇ ਅਸਰ ਨਹੀਂ, ਕੋਈ ਸੁਨੇਹਾ ਨਹੀਂ, ਕੋਈ ਗੱਲਬਾਤ ਨੂੰ ਤਿਆਰ ਨਹੀਂ, ਕੋਈ ਉਦੋਂ ਅੱਗੇ ਕਾਰਵਾਈ ਨਹੀਂ। ਇੱਕ ਵਾਰੀ ਇੱਥੇ ਬਲਵੀਰ ਸਿੰਘ ਸੀਚੇਵਾਲਾ ਵਰਗਿਆਂ ਦੀ ਇੱਕ ਟੀਮ ਆਉਂਦੀ ਆ, 36-37 ਫੈਕਟਰੀਆਂ ਸੀਲ ਹੋ ਜਾਂਦੀਆਂ ਨੇ, ਉਹੀ ਫੈਕਟਰੀਆਂ ਮਹੀਨੇ ਬਾਅਦ ਫਿਰ ਚਲਾ ਦਿੱਤੀਆਂ ਜਾਂਦੀਆਂ ਨੇ। 15 ਸਤੰਬਰ ਤੱਕ ਸਾਡਾ ਸਰਕਾਰ ਨੂੰ ਅਲਟੀਮੇਟਮ ਆ ਵੀ ਜਾਂ ਤਾਂ ਇਹ ਬੰਦ ਕਰ ਦਿਓ, ਜ਼ਹਿਰ ਪਾਉਣੀ ਤਾਂ ਨਹੀਂ, ਅਸੀਂ ਬੰਨ ਮਾਰ ਦਿਓ। 600 ਕਰੋੜ ਰੁਪਈਆ ਆਇਆ ਸੀਗਾ ਕੇਂਦਰ ਸਰਕਾਰ ਵੱਲੋਂ, 650 ਕਰੋੜ ਰੁਪਈਆ ਆਇਆ ਸੀ, ਲੱਗਦਾ ਕਿ ਉਹ ਪੈਸਾ ਜਿਹੜਾ ਵਾ ਉਹਦੀ ਵੀ ਜਿਹੜੀ ਆ ਸਹੀ ਵਰਤੋਂ ਨਹੀਂ ਹੋਈ। ਪਹਿਲੀ ਗੱਲ ਤਾਂ ਇਹ ਵੈਸੇ ਹੀ ਗੱਲ ਗਲਤ ਆ, ਤੁਸੀਂ ਕਿਸੇ ਵੀ
ਪੀਣ ਯੋਗ ਪਾਣੀ ਦੇ ਵਿੱਚ ਪਾਣੀ ਨੂੰ ਟ੍ਰੀਟ ਕਰਕੇ, ਜੇ ਤੁਹਾਨੂੰ ਲੱਗਦਾ ਵੀ ਟ੍ਰੀਟਮੈਂਟ ਪਲਾਂਟ ਲਾ ਕੇ 650 ਕਰੋੜ ਲਾ ਕੇ ਫਿਰ ਤੁਸੀਂ ਪਾਣੀ ਉਹ 'ਚ ਮਿਲਾ ਦਿਓਗੇ, ਬਿਲਕੁਲ ਗਲਤ ਆ। ਫਿਰ ਵੀ ਉਹ ਜੇ ਟ੍ਰੀਟ ਕੀਤਾ ਹੋਇਆ ਪਾਣੀ, ਸਾਫ਼ ਕੀਤਾ ਹੋਇਆ ਪਾਣੀ ਤੁਸੀਂ ਖੇਤਾਂ ਨੂੰ ਜਾਂ ਤੁਸੀਂ ਮਤਲਬ ਕਿ ਹੋਰ ਕੰਮ ਲਈ ਵਰਤ ਸਕਦੇ ਹੋ, ਜਿਵੇਂ ਮੰਨ ਲਓ ਤੁਸੀਂ ਸ਼ਹਿਰ ਦੇ ਵਿੱਚ ਕੋਈ ਗੱਡੀਆਂ ਧੋਣ 'ਤੇ ਵਰਤ ਸਕਦੇ ਹੋ, ਕੋਈ ਰੁੱਖਾਂ ਨੂੰ ਪਾਉਣ 'ਤੇ ਵਰਤ, ਮੈਂ ਖੇਤ 'ਚ ਵੀ ਵਰਤਣਾ ਮਤਲਬ ਕਿ ਮੈਂ ਗਲਤ ਸਮਝਦਾ, ਉਹ ਖੇਤਾਂ ਦੇ ਵਿੱਚ ਜਿਹੜਾ ਅਨਾਜ ਪੈਦਾ ਹੁੰਦਾ ਅਸੀਂ ਖਾਂਦੇ ਹਾਂ, ਜੇ ਉਹਨੂੰ ਵੀ ਅਸੀਂ ਉਹ ਜ਼ਹਿਰੀਲਾ ਪਾਣੀ ਲਾਵਾਂਗੇ ਤਾਂ ਉਹ ਵੀ ਸਿੱਧੇ ਰੂਪ ਸਾਡੇ ਅੰਦਰ ਹੀ ਜਾਣਾ। ਸੋ ਇਸ ਕਰਕੇ ਇਹ ਬਿਲਕੁਲ ਗਲਤ ਹੈ। ਜਿਹੜਾ ਵੀ ਮੈਂ ਅਸੀਂ ਕਹਿੰਦਾ ਵੀ ਜਿਹੜਾ ਵੀ ਘਪਲਾ ਹੋਇਆ, ਜਿਹੜਾ ਘਟਾਲਾ, ਉਹ ਸਰਕਾਰ ਦੀ ਸਿਰਦਰਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਜਿਹੜੇ ਬੰਦਿਆਂ ਨੇ ਕੰਮ ਕੀਤਾ ਜ਼ਿੰਮੇਵਾਰੀ ਤੈਅ ਕਰਕੇ ਪਰਚਾ ਦੇਵੇ। ਅਸੀਂ ਥੋੜ੍ਹੀ ਕਹਿੰਦੇ ਵੀ ਕਿ ਪੈਸਾ ਖਾਧਾ ਗਿਆ ਜਾਂ ਨਹੀਂ ਖਾਧਾ ਗਿਆ, ਉਹ ਸਰਕਾਰ, ਸਾਡਾ ਮਕਸਦ ਸਿਰਫ ਅਤੇ ਸਿਰਫ ਇੱਕੋ ਹੀ ਹੈ ਵੀ ਇਹ ਜਿਹੜੀਆਂ ਜ਼ਹਿਰਾਂ 40 ਸਾਲ ਤੋਂ ਪਾਣੀਆਂ 'ਚ ਪਾਈਆਂ ਜਾ ਰਹੀਆਂ ਨੇ, ਇੰਨਾ ਖਤਰਨਾਕ ਕੈਮੀਕਲ ਅਤੇ ਯੂਰੇਨੀਅਮ ਆ ਰਿਹਾ ਪਾਣੀ ਦੇ ਵਿੱਚ। ਹੁਣ ਏਮਜ ਦੀ ਰਿਪੋਰਟ ਆਈ ਆ, ਉਹ ਕਹਿੰਦੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਹੀ ਪੈਦਾ ਹੋਣੋਂ ਹਟ ਜਾਣੇ ਆ ਪੂਰੇ ਸਾਊਥ ਦੇ ਵਿੱਚ, ਦੱਖਣ ਭਾਰਤ ਦੇ ਵਿੱਚ। ਉੱਥੋਂ ਦੀਆਂ ਹਾਈ ਕੋਰਟਾਂ ਨੇ ਤਾਂ ਬੈਨ ਕੀਤਾ ਹੋਇਆ ਜਿੰਨੀਆਂ ਇੰਡਸਟਰੀਆਂ ਸਾਡੇ ਲੁਧਿਆਣੇ 'ਚ ਲੱਗੀਆਂ ਹੋਈਆਂ ਨੇ। ਸੋ ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਮਸਲਾ ਮੇਰਾ ਵੀਰ ਬਹੁਤ ਜ਼ਿਆਦਾ ਗੰਭੀਰ ਆ, ਆਪਾਂ ਪਾਣੀਆਂ ਦਾ ਜੀਵਨ ਆ। ਫੈਸਲਾ ਪੱਕਾ ਜੀ 15 ਸਤੰਬਰ? ਬਿਲਕੁਲ, ਅਸੀਂ ਲੋਕ ਨੇ ਕਿਹੜੀਆਂ ਜਿਹੜੀਆਂ ਜਥੇ, ਇਹ ਤਾਂ ਲੋਕਾਂ ਦਾ ਤੁਹਾਨੂੰ 24 ਤਰੀਕ ਨੂੰ ਪਤਾ ਲੱਗ ਜਾਣਾ ਵੀ ਕਿੱਡਾ ਵੱਡਾ ਹੜ੍ਹ ਇੱਥੇ ਆਉਣ ਜਾ ਰਿਹਾ, ਕਿਉਂਕਿ ਹਰ ਬੰਦਾ ਸਾਡੇ ਨਾਲ ਜੁੜ ਰਿਹਾ, ਸ਼ਹਿਰੀ ਆ ਚਾਹੇ ਪੇਂਡੂ ਆ, ਹਰ ਬੰਦਾ ਪਹੁੰਚ ਕਰ ਰਿਹਾ ਕਿ ਅਸੀਂ ਵੀ ਤੁਹਾਡੇ ਨਾਲ ਆ। ਇੱਥੇ ਸਾਨੂੰ, ਮੈਂ ਇੱਥੇ ਆਪਾਂ ਇੱਥੇ ਬੇਰਕਾ ਮਿਲਕ ਪਲਾਂਟ 'ਚ ਖੜ੍ਹੇ, ਇੱਥੇ ਸਾਨੂੰ ਕਈ ਸੱਜਣ ਮਿਲੇ ਕਹਿੰਦੇ ਬਈ ਇਹ ਮਸਲਾ ਬਿਲਕੁਲ ਜਾਇਜ਼ ਹੈ, ਲੰਮੇ ਸਮੇਂ ਤੋਂ ਅਸੀਂ ਵੀ ਸੋਚਦੇ ਸੀ ਵੀ ਅਸੀਂ ਪਾਣੀ ਰਾਹੀਂ ਜ਼ਹਿਰਾਂ ਪੀ ਰਹੇ ਹਾਂ ਅਤੇ ਇਹਨੂੰ ਚੱਕਿਆ ਜਾਵੇ ਤੁਹਾਡੇ ਨਾਲ ਆਵਾਂਗੇ। ਪਰ MLA ਕਹਿ ਰਹੇ ਨੇ ਵੀ ਜਿੱਧਰ ਨੂੰ ਪਾਣੀ ਦਾ ਵਹਾਅ ਹੁੰਦਾ ਵੀ ਉੱਧਰ ਬੰਦ ਲਾ ਕੇ ਰੋਕਿਆ ਨਹੀਂ ਜਾ ਸਕਦਾ, ਵੀ ਇਹ ਗੈਰ ਕਾਨੂੰਨੀ ਹੈ, ਵੀ ਜੇਕਰ ਇੱਦਾਂ ਦਾ ਕੁਛ ਕੀਤਾ ਜਾਊਗਾ ਤਾਂ ਲੱਗਦਾ ਨਹੀਂ ਵੀ ਕਾਨੂੰਨੀ ਕਾਰਵਾਈ ਹੋਵੇ? ਨਹੀਂ, ਪਾਣੀ ਦਾ ਵਹਾਅ ਕਿੱਡਾ ਗਲਤ ਗੁੰਮਰਾਹ ਕਰ ਰਹੇ ਆ, ਪਾਣੀ ਦਾ ਵਹਾਅ ਕੌਣ ਰੋਕ ਰਿਹਾ? ਜ਼ਹਿਰਾਂ ਦਾ ਵਹਾਅ ਰੋਕ ਰਹੇ ਹਾਂ। ਜੇ ਜਿਹੜੇ ਬੁੱਢੇ ਦਰਿਆ ਦੇ ਵਿੱਚੋਂ ਲੋਕ ਪਾਣੀ ਪੀਂਦੇ ਸੀ, ਲੋਕ ਨਹਾਉਂਦੇ ਸੀ ਬੁੱਢੇ ਦਰਿਆ ਦੇ ਵਿੱਚ, ਲੋਕ ਪਸ਼ੂ ਨਵਾਉਂਦੇ ਸੀ, ਉਹ ਬੁੱਢੇ ਦਰਿਆ ਦੇ ਨੇੜੇ ਵੀ ਨਹੀਂ ਖੜਿਆ ਜਾਂਦਾ। ਜਿਹੜਾ ਬੰਦਾ, ਜਿਹੜਾ MLA ਗੱਲ ਕਹਿੰਦਾ ਹੈ ਕਿ ਇਹ ਪਾਣੀ ਸਹੀ ਆ, ਉਹਨੂੰ ਮੈਂ ਕਹਿੰਦਾ ਇੱਕ ਗਲਾਸ ਜਾਂ ਇੱਕ ਘੁੱਟ, ਬਹੁਤ ਦੂਰ ਦੀ ਗੱਲ ਹੈ, ਇੱਕ ਬੂੰਦ ਆਪਣੀ ਜੀਭ 'ਤੇ ਸਿੱਟ ਲਏ, ਇੰਨੀ ਨਹੀਂ ਪਤਾ ਲੱਗ ਜੇ ਨਾ ਘੰਟੇ ਜਿਹੜੀ MC 'ਚ ਪਿਆ ਹੋਇਆ, ਇੰਨੀ ਜ਼ਹਿਰ। ਜਿਹੜੀ ਜ਼ਹਿਰ ਆ ਇੱਥੇ ਗੌਂਸਪੁਰੇ ਕੋਲ ਇੱਕ ਫੈਕਟਰੀ ਲੱਗੀ ਹੋਈ ਹੈ, ਉਹ ਫੈਕਟਰੀ ਦੇ ਦਰਵਾਜ਼ਾ ਲੱਗਿਆ ਹੋਇਆ, ਗੇਟ ਲੱਗਿਆ ਹੋਇਆ, ਉਹ ਗੇਟ ਲੋਹੇ ਦਾ, ਸਰਗੇ ਲੱਗੇ ਹੋਇਆ, ਥੱਲੋਂ ਗੇਟ ਗਲਿਆ ਪਿਆ। ਉੱਥੋਂ ਦੇ ਸਿਕਿਉਰਿਟੀ ਗਾਰਡ ਨੇ ਸਾਨੂੰ ਦੱਸਿਆ, ਕਹਿੰਦਾ ਬਾਈ ਆਹ ਲੰਘਦਾ ਬੁੱਢਾ ਦਰਿਆ ਨਾਲਾ ਬਣ ਗਿਆ, ਹੁਣ ਆਹ ਸਾਡੀ ਫੈਕਟਰੀ ਹੈ, ਮੈਨੂੰ 15 ਸਾਲ ਇੱਥੇ ਸਿਕਿਉਰਿਟੀ ਦੇ ਤੌਰ 'ਤੇ ਕੰਮ ਕਰਦੇ ਨੂੰ ਹੋ ਗਏ। ਕਹਿੰਦਾ ਜਦੋਂ ਇੱਧਰੋਂ ਹਵਾ ਚੱਲਦੀ ਹੈ, ਹਵਾ ਨਾਲ ਉੱਡ ਕੇ ਜਿਹੜਾ ਇੱਥੇ ਕੈਮੀਕਲ ਪੈਂਦਾ ਸਰੀਏ ਦੇ ਉੱਤੇ ਲੋਹੇ 'ਤੇ, ਉਹਨੇ ਲੋਹਾ ਗਾਲਤਾ, ਇੰਨੀ ਖਤਰਨਾਕ ਚੀਜ਼ ਸਾਡੇ ਅੰਦਰ ਜਾ ਰਹੀ ਹੈ। ਜਿਹੜਾ MLA ਕਹਿੰਦਾ ਲਿਆਓ ਮੈਂ ਲਿਜਾਂਦਾ, ਮੈਂ ਬਾਂਹ ਫੜ ਕੇ ਵੀ ਆ ਜਾ ਸਾਡੇ ਨਾਲ, ਤੂੰ ਮੈਂ ਕਹਿੰਦਾ ਉਹਦੇ ਖੜਿਆ ਨਹੀਂ ਜਾਂਦਾ, ਬੁੱਢੇ ਦਰਿਆ ਦੇ ਖੜਿਆ ਨਹੀਂ ਜਾਂਦਾ 10 ਮਿੰਟ, ਇੰਨੀ ਹਵਾ ਚੜ੍ਹਦੀ ਆ, ਮੁਸ਼ਕ ਮਾਰਦਾ, ਥੋੜ੍ਹੀ ਚਮੜੀ ਮੱਚਣ ਲੱਗ ਜਾਂਦੀ ਹੈ, ਸੰਘ ਮੱਚਣ ਲੱਗ, ਅੱਖਾਂ ਮੱਚਣ ਲੱਗ ਜਾਂਦੀਆਂ, ਬੰਦੇ 2 ਦਿਨ ਖੁਰਕ ਹੋਈ ਨਾ ਸਰੀਰ ਦੇ ਉੱਤੇ ਕੋਲੇ ਖੜ ਕੇ ਵੀ। ਕੋਈ ਸਰਕਾਰ ਦੇ ਦਿਓਗੇ ਬੰਦ ਕਰ ਦਿਓਗੇ ਤਾਂ ਬੁੱਢਾ ਨਾਲਾ ਜਿੱਦਾਂ ਸ਼ਹਿਰ ਦੇ ਵਿੱਚ ਮਾਰ ਕਰੂਗਾ, ਕਿਉਂਕਿ ਜਦੋਂ ਪਿਛਲੇ ਸਾਲ ਹੜ੍ਹ ਆਏ ਸੀਗੇ ਤਾਂ ਬੈਂਕ ਮਾਰ ਗਿਆ ਸੀ ਬੁੱਢੇ ਨਾਲੇ ਦਾ ਪਾਣੀ, ਲੋਕਾਂ ਦੇ ਘਰਾਂ 'ਚ ਵੜ ਗਿਆ ਸੀ, ਫਿਰ ਕੀ ਕਰਗੇ ਤੁਸੀਂ ਦੱਸੋ? ਅੱਜ ਸਾਡੇ ਹਜ਼ਾਰਾਂ ਨਹੀਂ ਲੱਖਾਂ ਲੋਕ ਮਰ ਰਹੇ ਆ। ਹਬੋਰ ਫਾਜ਼ਿਲਕਾ ਦੇ ਪਿੰਡਾਂ 'ਚ ਅਸੀਂ ਗਏ ਹਾਂ, ਮਾੜੀ ਮੁਸਤਫਾ ਪਿੰਡ ਹੈ, 60% ਲੋਕਾਂ ਨੂੰ ਕਾਲਾ ਪੀਲੀ ਹੈ, ਧਰਾਂਗ ਵਾਲਾ ਪਿੰਡ ਹੈ, ਜਿਹੜਾ ਵੀ ਜਵਾਕ ਪੈਦਾ ਹੁੰਦਾ ਅਪਾਹਜ ਪੈਦਾ ਹੁੰਦਾ, ਅਸੀਂ ਕੀ ਕਰਗੇ? ਬਲੀਪੁਰ ਦੇਖੋ, ਸਾਰੇ ਪਿੰਡਾਂ ਦੇ ਹਾਲਾਤ ਦੇਖੋ, ਅਸੀਂ ਕਰੀਏ ਤਾਂ ਕਰੀਏ ਵੀ ਜਾਈਏ ਕਿੱਧਰ ਨੂੰ? ਕੀ ਲੱਗਦਾ ਹੁਣ ਡੈਂਗਾ ਬੰਦ ਕਰਾਈਆਂ 2 ਦਿਨ ਲਈ ਡਿਪਟੀ ਕਮਿਸ਼ਨਰ ਨੇ,
ਉਹ ਡਰਾਮਾ ਖਾਨਾ ਪੂਰਤੀ ਕਰ ਦੇਣਗੇ ਵੀ ਦੇਖੋ ਜੀ ਰੌਲਾ ਪੈ ਰਿਹਾ। ਇਹ ਹੋਈਆਂ ਹੋਈਆਂ ਨਾ ਪਹਿਲਾਂ ਇੱਕ ਮਹੀਨਾ ਬੰਦ ਰਹੀਆਂ, ਮਹੀਨੇ ਬਾਅਦ ਫਿਰ ਚੱਲ ਪਈਆਂ। ਅੱਜ ਵੀ ਐਨਜੀਟੀ ਦੀ ਟੀਮ ਕਹਿੰਦੇ ਆਈ ਹੋਈ ਹੈ ਸੈਂਪਲ ਭਰੇ ਜਾ ਰਹੇ ਨੇ ਬੁੱਢੇ ਦਰਿਆ ਦੇ ਵਿੱਚੋਂ, ਪਰ ਲੱਗਦਾ ਕਿ ਕੋਈ ਉਮੀਦ ਹੈ ਕੋਈ? ਦੇਖੋ ਅਸੀਂ ਠੀਕ ਹੈ, ਕਿਤੇ ਨਾ ਕਿਤੇ ਸਾਨੂੰ ਕੋਈ ਗੱਲ 'ਤੇ ਭਰੋਸਾ ਕਰਨਾ ਪੈਣਾ, ਪਰ ਤੁਹਾਨੂੰ ਮੈਂ ਸਾਡਾ ਤਜਰਬਾ ਦੱਸ ਦਿੰਦਾ, ਜਦੋਂ ਜੀਰਾ ਫੈਕਟਰੀ ਬੰਦ ਹੋਈ ਆ ਉੱਥੇ ਵੀ ਸੈਂਪਲ ਭਰੇ ਗਏ, ਅਤੇ ਉਹ ਸੈਂਪਲਾਂ ਦੇ ਵਿੱਚ ਵੀ ਜ਼ਹਿਰਾਈ ਜਰੇਨੀਅਮ ਆਇਆ, ਕੈਮੀਕਲ ਆਇਆ, ਪਰ ਉਹਦੇ ਬਾਵਜੂਦ ਵੀ ਸਾਡੇ ਵਾਤਾਵਰਨ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਜੀ ਕਹਿੰਦੇ ਸੀਗੇ ਇਹ ਤਾਂ ਪਾਣੀ ਸਿਆਹੀ ਹੈ, ਤਾਂ ਪਾਣੀ ਪੀਣ ਯੋਗ ਹੈ। ਸੋ ਅਸੀਂ ਕਹਿੰਦੇ ਹਾਂ ਜਿੱਥੇ ਸੈਂਪਲ ਭਰਨੇ ਆ ਅਸੀਂ ਜਾਵਾਂਗੇ, ਸਾਡੀ ਨਾਲ ਟੀਮ ਜਾਊਗੀ, ਪ੍ਰਸ਼ਾਸਨ ਨਾਲ ਜਾਵੇ, ਮੀਡੀਆ ਤੁਹਾਡਾ ਨਾਲ ਜਾਵੇ, ਸਾਰੇ ਲੋਕਾਂ ਸਾਹਮਣੇ ਜਨਤਕ ਕਰੋ ਵੀ ਆਹ ਪਾਣੀ ਹੈ ਜੀ। ਹੁਣ ਐਂ ਕੀ ਪਤਾ ਕਿੱਥੋਂ ਭੜ, ਮੈਂ ਕਹਿੰਦਾ ਉੱਥੇ ਐਂ ਉੱਬਲਦਾ ਪਾਣੀ, ਗੈਂਸਾਂ ਐਂ ਉੱਬਲਦੀਆਂ ਨੇ ਵਿੱਚੋਂ, ਜਿੱਥੇ ਖਬਰਾਂ ਕਿੱਥੋਂ ਭਰ ਕੇ ਲਿਜਾਣਗੇ। ਅੱਛਾ ਤੁਹਾਡੀ ਟੀਮ ਵੱਲੋਂ ਕਿਤੇ ਆਪਣੇ ਤੌਰ ਦੇ ਉੱਤੇ ਵੀ ਟੈਸਟ ਕਰਾਏ ਜਾਣਗੇ ਜੇ ਤੁਹਾਨੂੰ ਸਰਕਾਰੀ ਰਿਪੋਰਟਾਂ 'ਤੇ ਯਕੀਨ ਨਹੀਂ ਹੈਗਾ? ਬਿਲਕੁਲ, ਅਸੀਂ ਉਹ ਵੀ ਕਰਾ ਰਹੇ ਹਾਂ, ਸਾਡੇ ਨਾਲ ਜਿਹੜੇ ਮਾਹਰ ਇਸ ਫੀਲਡ ਦੇ, ਇਸ ਖੇਤਰ ਦੇ ਇੰਜੀਨੀਅਰ ਨੇ, ਜਸਕੀਰਤ ਜੀ, ਡਾਕਟਰ ਨੇ, ਅਮਨ ਬੈਂਸ ਜੀ, ਸਾਡੇ ਨਾਲ ਕਪਿਲ ਅਰੋੜਾ ਜੀ, ਜਿਹੜੇ ਲੰਮੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਨੇ। ਸੋ ਇਹ ਸ਼ਹਿਰ ਦੇ ਵਿੱਚੋਂ ਲੁਧਿਆਣੇ 'ਚੋਂ ਬਹੁਤ ਸੱਜਣ ਹੈਗੇ ਜਿਹੜੇ ਲੰਮੇ ਸਮੇਂ ਤੋਂ ਰੌਲਾ ਪਾ ਰਹੇ ਨੇ, ਪਰ ਇਹ ਲੋਕ ਲਹਿਰ ਬਣਾਉਣ ਦੀ ਲੋੜ ਹੈ, ਰੌਲਾ ਬਹੁਤ ਪੈਂਦਾ। ਜਿੰਨਾ ਚਿਰ ਲੋਕ ਲਹਿਰ ਨਹੀਂ ਬਣਦੀ ਉਨਾ ਚਿਰ ਹੱਲ ਨਹੀਂ ਹੁੰਦਾ। ਲੋਕਾਂ ਨੂੰ ਕਹਿੰਦਾ ਲੋਕ ਲਹਿਰ ਬਣਾਓ, ਆਓ ਯਾਰ, ਤੁਹਾਡੀਆਂ ਜ਼ਿੰਦਗੀਆਂ, ਤੁਹਾਡੀਆਂ ਨਸਲਾਂ, ਤੁਹਾਡੇ ਜਵਾਕਾਂ, ਤੁਹਾਡੀਆਂ ਸਿਹਤਾਂ ਦਾ ਸਵਾਲ ਆ। ਅਮਨਦੀਪ ਸਿੰਘ ਬੈਂਸ, ਅੱਜ ਜਿਹੜੀ ਮੀਟਿੰਗ ਕੀਤੀ ਜਾ ਰਹੀ ਤੁਹਾਡੇ ਮੈਂਬਰਾਂ ਦੇ ਨਾਲ, ਇਹ ਕਾਲੇ ਪਾਣੀਏ ਦੇ ਪਾਣੀਆਂ ਦਾ ਜਿਹੜਾ ਮੋਰਚਾ ਲੱਗਾ ਆ ਉਹਦੇ ਬਾਬਤ ਅੱਜ ਪ੍ਰੈਸ ਕਾਨਫਰੰਸ, ਕਿਉਂਕਿ ਸਾਡਾ ਜਿਹੜਾ ਰੋਹ ਮਾਰਚ ਆ 24 ਅਗਸਤ ਨੂੰ ਜਿਹੜਾ ਐਲਾਨਿਆ ਆ ਉਹਦੇ ਸਿਲਸਿਲੇ ਦੇ ਵਿੱਚ ਤੁਹਾਡੇ ਥਰੂ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਸੀ। ਇਸ ਕਰਕੇ ਸਾਰੀ ਦੀ ਸਾਰੀ ਜਿਹੜੀ ਟੀਮ ਆ ਉਹ ਇੱਥੇ ਵੇਰਕਾ ਮਿਲਕ ਪਲਾਂਟ ਲੁਧਿਆਣੇ ਇਕੱਠੀ ਹੋਈ ਹੈ ਜੀ। ਸਰ ਕਿਸ ਤਰ੍ਹਾਂ ਦਾ ਐਕਸ਼ਨ ਹੈ ਅਗਲਾ? ਕਹਿੰਦੇ ਬੰਦ ਕੀਤਾ ਜਾਊਗਾ, ਤੁਹਾਨੂੰ ਲੱਗਦਾ ਨਹੀਂ ਵੀ ਜੇ ਬੰਦ ਕਰਤਾ ਗਿਓ ਤਾਂ ਬੁੱਢਾ ਨਾਲਾ ਬੈਕ ਮਾਰੂਗਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਜੂਗਾ ਕਾਲਾ, ਕਿਉਂਕਿ ਬਹੁਤ ਨੀਵਾਂ ਇਲਾਕਾ ਲੁਧਿਆਣੇ ਦਾ ਜਿਹੜਾ? ਸਾਡਾ ਸਾਰੇ ਦਾ ਸਾਰਾ ਮੋਰਚਾ ਲੋਕਾਂ ਦੀ ਜਾਨ ਬਚਾਉਣ ਲਈ ਹੈ, ਇਸ ਲਈ ਲੋਕ ਬੇਫਿਕਰ ਰਹਿਣ। ਲੋਕਾਂ ਦੀਆਂ ਜਾਨਾਂ ਬਚਾਉਣ ਲਈ ਜਿਹੜਾ ਮੋਰਚਾ ਆ ਨਾ, ਜਾਨਾਂ ਛੱਡੋ ਪੁਸ਼ਤਾਂ ਬਚਾਉਣ ਦੀ ਜਿਹੜਾ ਮੋਰਚਾ ਆ, ਸਾਡਾ ਤਾਂ ਮੋਰਚਾ ਹੀ ਉਹਨਾਂ ਦੇ ਲਈ ਲੱਗਾ ਆ। ਇਹਦੇ ਵਿੱਚ ਜੇ ਕਿਸੇ ਨੂੰ ਡੁੱਬਣ ਦਾ ਖਤਰਾ ਹੋ ਸਕਦਾ ਆ, ਉਹ ਡਾਇੰਗ ਇੰਡਸਟਰੀ ਨੂੰ ਹੋ ਸਕਦਾ, ਇਲੈਕਟ੍ਰੋ ਪਲੇਟਿੰਗ ਨੂੰ ਹੋ ਸਕਦਾ ਆ, ਲੋਕਾਂ ਨੂੰ ਕੋਈ ਖਤਰਾ ਨਹੀਂ। ਪਰ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਹੜ੍ਹ ਆਇਆ ਸੀਗਾ ਪਾਣੀ ਪਿੱਛੇ ਵੜ ਗਿਆ ਸੀਗਾ ਅੱਗੇ, ਸੋ ਨਾਲ ਪ੍ਰਸ਼ਾਸਨ ਵੀ ਕਹਿ ਰਿਹਾ ਕਹਿੰਦੇ ਵੀ ਬੰਦ ਕਰਨਾ, ਜਿੱਦਾਂ ਨੂੰ ਪਾਣੀ ਦਾ ਵਹਾਅ ਵੀ ਉਹਨੂੰ ਬੰਦ ਕਰਨਾ। ਇਹ ਉਹਨਾਂ ਦੀ ਹੀ ਲੜਾਈ ਲੜਦੇ ਪਏ ਆ ਜੀ, ਤੁਹਾਡਾ ਜਿਹੜਾ ਡਰ ਹੈ ਉਸੇ ਡਰ ਦੇ ਕਰਕੇ ਮੋਰਚਾ ਲੱਗ ਰਿਹਾ। ਤੁਸੀਂ ਤਾਂ ਪਾਣੀ ਆਉਣ ਦੀ ਗੱਲ ਕਰਦੇ ਹੋ, ਇਹ ਪਾਣੀ ਲੋਕਾਂ ਦੇ ਘਰਾਂ 'ਚ, ਲੋਕਾਂ ਦੀਆਂ ਰਸੋਈਆਂ ਦੇ ਵਿੱਚ, ਲੋਕਾਂ ਦੇ ਬਾਥਰੂਮ ਦੇ ਵਿੱਚ ਅੱਜ ਵੀ ਜਾਣ ਡਿਆ ਆ। ਜਦੋਂ ਉਹਦੇ ਨਾਲ ਨਹਾਉਂਦੇ ਆ ਉਦੋਂ ਤਾਂ ਸਰਕਾਰ ਨੂੰ ਟੈਨਸ਼ਨ ਨਹੀਂ ਹੁੰਦੀ, ਉਸੇ ਕਾਲੇ ਪਾਣੀ ਨੂੰ ਰੋਕਣ ਦੇ ਲਈ ਇਹ ਮੋਰਚਾ ਲਾਉਣ ਡਏ ਆ ਜੀ। ਦੇਖੋ ਹੁਣ ਕਤਲੋ ਗਾਰਤ ਕਰਨ ਵਾਲੇ ਜਿਹੜੇ ਬੰਦੇ ਆ ਇਹ ਉਹਨਾਂ ਦੀ ਆਪਸੀ ਲੜਾਈ ਹੈ, ਸਰਕਾਰ ਉਸ ਕਤਲੋ ਗਾਰਤ 'ਤੇ ਪਰਦਾ ਪਾਉਣਾ ਚਾਹੁੰਦੀ ਹੈ। ਇਹ ਜਿਹੜਾ ਮਜ਼ਾਕ ਆ ਨਾ ਸਾਡੇ ਲੋਕਾਂ ਦੇ ਨਾਲ, ਇਹਨੂੰ ਅਸੀਂ ਸਿਰੇ ਤੋਂ ਨਕਾਰਦੇ ਹਾਂ। ਕੋਈ ਬੰਦਾ ਕਤਲ ਕਰਕੇ ਆ ਜੇ ਤਾਂ ਸਰਕਾਰ ਕਹਿੰਦੀ ਹੈ ਤੈਨੂੰ 2 ਦਿਨ ਦਿੰਦੇ ਹਾਂ, ਤੂੰ ਹੁਣ ਪ੍ਰੂਵ ਕਰ ਵੀ ਤੂੰ ਇਮਾਨਦਾਰ ਹੈ ਜਾਂ ਤੂੰ ਆ ਕਤਲ ਨਹੀਂ ਕੀਤਾ। 20,000 ਲੋਕਾਂ ਨੂੰ ਮਾਰਨ ਵਾਲੀ ਇੰਡਸਟਰੀ, ਚਾਹੇ ਇਲੈਕਟ੍ਰੋਪਲੇਟਿੰਗ ਆ, ਚਾਹੇ ਡਾਇੰਗ ਆ, ਚਾਹੇ ਹੋਰ ਲੋਕ ਆ ਜਿਹੜੇ ਥੱਲੇ ਪਾਣੀ ਪਾਉਂਦੇ ਆ, ਅੱਜ ਸਰਕਾਰ ਦੇ 3 ਲੁਧਿਆਣੇ ਦੇ MLA ਆ, ਗੋਗੀ ਆ, ਬੱਗਾ ਅਤੇ ਇੱਕ ਤੀਸਰੇ ਦਾ ਮੈਨੂੰ ਇੱਕੋ ਜਿਹਾ ਨਾਂ ਭੁੱਲ ਜਾਂਦਾ, ਇੱਕ ਪੱਪੀ, ਇਹ ਕੁੱਛੜ ਡਾਇੰਗ ਇੰਡਸਟਰੀ ਨੂੰ ਲਈ ਫਿਰਦੇ ਨੇ, ਕੁੱਛੜ ਚੱਕ ਕੇ DC ਦਫ਼ਤਰ ਪਹੁੰਚ ਜਾਂਦੇ ਆ ਔਰ ਕਹਿੰਦੇ ਨੇ ਵਿਚਾਰੇ, ਕਹਿੰਦੇ ਨੇ ਘਰਾਣੇ, ਔਰ ਸਾਡੇ ਲੋਕ ਜਿਹੜੇ ਆ 4 ਦਹਾਕਿਆਂ ਤੋਂ ਤੇਜ਼ਾਬ ਪੀਣ ਡਏ ਆ। ਅੱਜ ਵੀ ਜਿਹੜਾ ਇਹ ਸਾਰਾ ਪ੍ਰੋਗਰਾਮ ਕੀਤਾ ਆ ਇਹਦੀ ਕੋਈ ਸੈਂਸ ਨਹੀਂ ਬਣਦੀ, ਅਖੇ ਅਸੀਂ ਐਂ ਕਰ ਦਿੰਦੇ ਹਾਂ ਜੀ ਆ ਮਾੜਾ ਜਿਹਾ ਬੰਦ ਕਰਕੇ ਸੈਂਪਲ ਲੈ ਲੈਂਦੇ ਹਾਂ। ਕਦੇ ਆਪਾਂ ਸੁਣਿਆ ਵੀ ਕਦੇ ਸੈਂਪਲ ਲੈਣ ਦੇ ਲਈ ਸਰਕਾਰ ਅਤੇ ਡਾਇੰਗ ਇੰਡਸਟਰੀ ਇਕੱਠੇ ਬਹਿ ਕੇ ਸਲਾਹ ਕਰਦੇ ਹੋਣ, ਫਿਰ ਡਾਇੰਗ ਇੰਡਸਟਰੀ ਦੱਸੇ ਵੀ ਤੁਸੀਂ ਐਂ ਕਰੋ ਸੈਂਪਲ ਐਂ ਲੈ ਲਓ,
ਇਹ ਤਾਂ ਕਾਨੂੰਨ ਦੇ ਖਿਲਾਫ ਆ, ਇਹ NGT ਦੀਆਂ ਗਾਈਡਲਾਈਨਸ ਦੇ ਖਿਲਾਫ ਆ, ਇਹ ਸੁਪਰੀਮ ਕੋਰਟ ਦੇ ਖਿਲਾਫ ਆ। ਇੱਕ ਆਮ ਬੰਦੇ ਨੇ ਸੈਂਪਲ ਭਰਨਾ ਹੁੰਦਾ, ਕਹਿੰਦੇ ਜੀ ਇਹਦੇ 4 ਸੈਂਪਲ ਲਓ, ਫਿਰ ਤਾਂ ਛਾਪੇ ਮਾਰਨ ਵਾਲੇ ਮਹਿਕਮਿਆਂ ਦਾ ਫਾਇਦਾ ਹੀ ਕੋਈ ਨਹੀਂ ਨਾ, ਉਹ ਕਾਹਦੇ ਲਈ ਆਪਾਂ ਰੱਖੇ ਹੋਏ ਆ। ਸੋ ਪਬਲਿਕ ਐਕਸ਼ਨ ਕਮੇਟੀ ਅਤੇ ਕਾਲੇ ਪਾਣੀਆਂ ਦੇ ਮੋਰਚੇ ਦੀ ਸਾਰੀ ਦੀ ਸਾਰੀ ਟੀਮ ਜਿਹੜੀ ਅੱਜ ਐਕਸਰਸਾਈਜ਼ ਹੁੰਦੀ ਪਈ ਆ ਲੋਕਾਂ ਨੂੰ ਬਚਾਉਣ ਲਈ, ਇਹਨੂੰ ਸਿਰੇ ਤੋਂ ਨਕਾਰਦੀ ਆ। ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਕਤਲੋ ਗਾਰਤ ਨੂੰ NGT ਨੇ ਵੀ ਹੁਣ ਕਹਿ ਦਿੱਤਾ ਵੀ ਹੋ ਰਹੀ ਹੈ, 2022 ਦੇ ਆਰਡਰ ਨੇ ਵੀ ਇਹ ਇੰਡਸਟਰੀ ਬੰਦ ਹੋਣੀ ਚਾਹੀਦੀ ਆ, ਪਰ ਅੱਜ ਇਹ 33 ਛੋਟੇ ਕਤਲ ਵਾਲੇ ਅਤੇ 12 ਵੱਡੇ ਕਤਲੋ ਗਾਰਤ ਵਾਲੇ ਬੰਦੇ ਤੀਸਰੇ ਦਿਨ ਚੰਡੀਗੜ੍ਹ ਜਾਂਦੇ ਨੇ, ਇਕੱਠੇ ਚਾਹ ਪੀਂਦੇ ਆ ਅਤੇ ਸਾਨੂੰ ਦੱਸਦੇ ਆ ਸਾਡੇ ਕੋਲ ਘਰਾਣੇ ਆਏ ਸੀ, ਇਹਨਾਂ ਵਿਚਾਰਿਆਂ ਦਾ ਵੀ ਸਾਨੂੰ ਕੋਈ ਸੋਚਣਾ ਪੈਣਾ ਨਹੀਂ। ਤੁਸੀਂ ਸੋਚੋ ਉਹਨਾਂ ਵਿਚਾਰਿਆਂ ਦਾ, ਅਸੀਂ ਆਪਣੇ ਮਰ ਰਹੇ ਲੋਕਾਂ ਬਾਰੇ ਸੋਚਾਂਗੇ। ਉਹਦੇ ਲਈ ਹੋਈ ਇਹ ਮੋਰਚਾ ਲਾਇਆ, ਉਹਦੇ ਲਈ ਹੋਈ ਇਹ ਕਾਲਾ ਪਾਣੀ ਜਿਹੜਾ ਹੈ ਨਾ ਇਹ ਬੰਦ ਕਰਾਂਗੇ। ਅਸੀਂ ਐਲਾਨ ਕੀਤਾ ਵੀ ਇੱਕ ਰੋਹ ਮਾਰਚ ਕੱਢਾਂਗੇ 24 ਅਗਸਤ ਨੂੰ, ਜਿੱਥੇ ਖੜ੍ਹੇ ਹਾਂ ਇੱਥੋਂ ਹੀ ਸ਼ੁਰੂ ਹੋਊਗਾ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੱਕ ਜਾਵਾਂਗੇ ਔਰ ਉੱਥੋਂ ਜਿਹੜਾ ਅਗਲਾ ਐਲਾਨ ਆ ਉਹਦੇ ਬਾਰੇ ਲੋਕਾਂ ਨਾਲ ਆਵਾਜ਼ ਸਾਂਝੀ ਕਰਾਂਗੇ ਔਰ 15 ਸਤੰਬਰ ਦੀ ਤਰੀਕ ਆ ਇਸ ਕਾਲੇ ਪਾਣੀ ਨੂੰ ਬੰਨ ਮਾਰਾਂਗੇ। ਧੰਨਵਾਦ।